ਸਿਆਸੀ ਲੀਡਰ ਅਤੇ ਸਿਆਸੀ ਪਾਰਟੀਆਂ ਜਾਂ ਸਰਕਾਰਾਂ ਧਰਮ ਨੂੰ ਕਿਵੇਂ ਵਰਤਦੀਆਂ ਨੇ ਪ੍ਰਾਈਮ ਟਾਈਮ ਚਰਚਾ ਦੇ ਵਿੱਚ ਅੱਜ ਖਾਸ ਤੌਰ ਤੇ ਇਸ ਦੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ ਸਰਕਾਰਾਂ ਮੁੱਦਿਆਂ ਉੱਤੇ ਹੀ ਬਣਦੀਆਂ ਨੇ ਤੇ ਮੁੱਦਿਆਂ ਉੱਤੇ ਹੀ ਟੁੱਟਦੀਆਂ ਨੇ ਤੇ ਕਿਹੜੇ ਮੁੱਦੇ ਨੂੰ ਕਦੋਂ ਕਿਵੇਂ ਤੇ ਕਿੱਥੇ ਵਰਤਣਾ ਹੈ ਇਸ ਸਿਆਸਤਦਾਨਾਂ ਤੋਂ ਵੱਧ ਸ਼ਾਇਦ ਕੋਈ ਵੀ ਨਹੀਂ ਜਾਣਦਾ ਦਰਮ ਇੱਕ ਅਜਿਹਾ ਮੁੱਦਾ ਹੈ ਜੋ ਇਨਸਾਨ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ ਤੇ ਇਸ ਨੂੰ ਪੰਜਾਬ ਦੀਆਂ ਸਰਕਾਰਾਂ ਨੇ ਕਿਵੇਂ ਆਪਣੀ ਸੱਤਾ ਮਜ਼ਬੂਤ ਕਰਨ ਦੇ ਲਈ ਵਰਤਿਆ ਹੈ ਇਸ ਵੇਲੇ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਤਾਂ ਇਸ ਦੇ ਨੇੜੇ ਤੇੜੇ ਇਸ ਮੁੱਦੇ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਹਾਲਾਂਕਿ ਕੱਲੀ ਪੰਜਾਬ ਦੀ ਸਰਕਾਰ ਨਹੀਂ ਬਲਕਿ ਭਾਰਤ ਦੀ ਜਿਹੜੀ ਸਰਕਾਰ ਹੈ ਜਾਂ ਬਹੁਤ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੇ ਉਹ ਵੀ ਧਰਮ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਆਪਣੇ ਸਿਆਸੀ ਹਿੱਤਾਂ ਖਾਤਰ ਵਰਤਦਿਆਂ ਰਹਿੰਦੀਆਂ ਨੇ ਸਰਕਾਰਾਂ ਨੂੰ ਇਹ ਪਤਾ ਹੁੰਦਾ ਜਾਂ ਕਹਿ ਦਈਏ ਕਿ ਲੀਡਰਾਂ ਨੂੰ ਇਹ ਪਤਾ ਹੁੰਦਾ ਕਿ ਧਰਮ ਸਾਡੀ ਕਿਹੜੀ ਨਾੜ ਦੇ ਨਾਲ ਜੁੜਿਆ ਹੋਇਆ ਤੇ ਇਸੇ ਨਾੜ ਦੇ ਸਹਾਰੇ ਸਰਕਾਰਾਂ ਤੇ ਸਿਆਸੀ ਲੀਡਰ ਸਾਡੀਆਂ ਹੋਰ ਰਗਾਂ ਨੂੰ ਪਛਾਣਦੇ ਨੇ ਰੋਜ਼ਗਾਰ ਦੇ ਮੁੱਦੇ ਤੇ ਲੋਕ ਮੂੰਹੋਂ ਕੁਝ ਬੋਲਣ ਜਾਂ ਨਾ ਬੋਲਣ ਸਰਕਾਰਾਂ ਖਿਲਾਫ ਮੋਰਚੇ ਖੋਲਣ ਨਾ ਖੋਲਣ ਪਰ ਜਦੋਂ ਧਰਮ ਦੀ ਅਣਖ ਦਾ ਸਵਾਲ ਪੈਦਾ ਹੁੰਦਾ ਤਾਂ ਅਸੀਂ ਖਾਸ ਕਰਕੇ ਪੰਜਾਬੀ ਜ਼ਰੂਰ ਹਾਂ ਦਾ ਨਾਰਾ ਮਾਰਦੇ ਹਾਂ ਪਰ ਪੰਜਾਬ ਦੀ ਸਿਆਸਤ ਦੇ ਵਿੱਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾ ਗੋਲੀ ਕਾਂਡ ਦਾ ਜਿਹੜਾ ਮੁੱਦਾ ਹੈ ਉਸ ਨੇ ਜਿਸ ਤਰ੍ਹਾਂ ਲੋਕਾਂ ਦੇ ਮਨਾਂ ਨੂੰ ਹਿਲਾ ਕੇ ਰੱਖਿਆ ਹੈ ਤੇ ਜਿਸ ਤਰ੍ਹਾਂ ਸਿਆਸੀ ਲੋਕਾਂ ਨੇ ਸਾਰਾ ਸ਼ੀਸ਼ਾ ਸਾਫ਼ ਹੁੰਦਿਆਂ ਲੋਕਾਂ ਦੇ ਮਨਾਂ ਉੱਤੇ ਪੜਦੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਜਾਂ ਕਹਿ ਦਈਏ ਕਿ ਪੰਜਾਬ ਦੇ ਹਰ ਸਿਆਸੀ ਲੀਡਰ ਨੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਕਿਸ ਤਰੀਕੇ ਦੇ ਨਾਲ ਵਰਤਿਆ ਕਿਸੇ ਤੁਲੁਕਿਆ ਛिपਿਆ ਨਹੀਂ ਹੈ 6-6 ਸਾਲ ਮਾਮਲੇ ਦੀ ਜਾਂਚ ਕਮਿਸ਼ਨਾਂ ਦਾ ਗਠਨ सीबीआई ਕੋਲ ਜਾਂਚ ਜਾਣੀ ਤੇ ਫਿਰ ਵਾਪਸ ਆਉਣੀ ਵੱਡੇ ਵੱਡੇ ਲੀਡਰਾਂ ਦੇ ਨਾਮ ਤੇ ਅੰਤ ਫਿਰ ਕਾਨੂੰਨ ਦੇ ਦਰਵਾਜ਼ੇ ਤੋਂ ਨਿਰਾਸ਼ਾਈ ਹੱਥ ਲੱਗਣੀ ਇੱਕ ਨਹੀਂ ਹਜ਼ਾਰ ਸਵਾਲ ਖੜੇ ਕਰਦਾ ਤੇ ਜੇਕਰ ਇਹ ਸਵਾਲ ਸਾਨੂੰ ਝੰਡੋੜ ਕੇ ਨਹੀਂ ਰੱਖਦੇ ਤਾਂ ਫਿਰ ਜ਼ਰੂਰ ਸਾਨੂੰ ਆਪਣੀ ਅਕਲ ਤੇ ਸ਼ੱਕ ਕਰਨਾ ਚਾਹੀਦਾ ਹੈ ਕਿ ਕਿਤੇ ਅਸੀਂ ਕਿਸੇ ਗੱਲੋਂ ਖੁੰਝ ਤਾਂ ਨਹੀਂ ਰਹੇ ਕਿ ਹਰੇਕ ਪੰਜੀ ਸਾਲੀ ਨੀਲੀਆਂ ਹਰੀਆਂ ਤੇ ਪੀਲੀਆਂ ਪੱਗਾਂ ਤੋਂ ਅਸੀਂ ਠੱਗੇ ਤਾਂ ਨਹੀਂ ਜਾ ਰਹੇ ਸਰਦਾਂ ਨਾਲ ਸਰਕਾਰਾਂ ਨਹੀਂ ਬਣਦੀਆਂ ਹੁੰਦੀਆਂ ਸਰਕਾਰਾਂ ਸਹੀ ਸੋਚ ਰੱਖ ਕੇ ਹੀ ਘੜੀਆਂ ਜਾਣੀਆਂ ਚਾਹੀਦੀਆਂ ਨੇ ਨਹੀਂ ਤਾਂ ਫਿਰ ਪੰਜ ਪੰਜ ਸਾਲ ਲੋਕ ਇਸ ਤਰ੍ਹਾਂ ਰੁੰਦੇ ਕੁਰਲਾਉਂਦੇ ਹੀ ਰਹਿੰਦੇ ਨੇ ਸੜਕਾਂ ਦੇ ਉੱਤੇ ਹੀ ਰਹਿੰਦੇ ਨੇ ਚਾਹੇ ਕਿਸੇ ਵੀ ਵਰਗ ਦੇ ਲੋਕ ਹੋਣ ਬੈਬਲ ਕਲਾ ਬੇਅਦਬੀ ਤੇ ਗੋਲੀ ਕਾਂਡ ਤੇ ਸਿਆਸੀ ਲੀਡਰਾਂ ਨੇ ਕਿਵੇਂ ਰੋਟੀਆਂ ਸੇਕੀਆਂ ਪੂਰੇ ਘਟਨਾਕਰਮ ਰਾਹੀਂ ਅਸੀਂ ਇਸ ਪ੍ਰਾਈਮ ਟਾਈਮ ਦੀ ਖਾਸ ਰਿਪੋਰਟ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਬਾਬਲ ਕਲਾਂ ਗੋਲੀ ਕਾਂਡ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਦਾ ਕੀ ਮਤਲਬ ਹੈ ਘਟਨਾ ਹਾਲੇ ਤਾਜ਼ੀ ਹੈ ਹਾਈ ਕੋਰਟ ਨੇ ਸਿਟ ਦੀ ਜਾਂਚ ਰਿਪੋਰਟ ਤੇ ਕਾਟਾ ਮਾਰ ਦਿੱਤਾ ਸੀ ਪਿਛਲੇ ਦਿਨੀ ਹਾਈ ਕੋਰਟ ਦੇ ਵੱਲੋਂ ਪਿਛਲੀ ਸਿਟ ਦੀ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰਨ ਤੋਂ ਬਾਅਦ ਨਵੀਂ ਸਿਟ ਦਾ ਗਠਨ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ ਅਤੇ ਨਵੀਂ ਸਿਟ ਹੈ ਜਿਹੜੀ ਬੇਅਦਬੀ ਦੇ ਨਾਲ ਜੁੜੇ ਤਿੰਨ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਇਸ ਮਾਮਲੇ ਵਿੱਚ ਨਵੀਂ ਸਿਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁਹਾਲੀ ਵਿਖੇ 16 ਜੂਨ ਨੂੰ ਤਲਬ ਕੀਤਾ ਹੈ ਜੋ ਪੁੱਛਗਿਛ ਕੀਤੀ ਜਾ ਸਕੇ ਪਰ ਗਾੜੀ ਬੇਅਦਬੀ ਮਾਮਲੇ ਦੇ ਵਿੱਚ ਸਿੱਟ ਨੇ ਦੋ ਗਵਾਹਾਂ ਦੇ ਬਿਆਨ ਫਰੀਦਕੋਟ ਅਦਾਲਤ ਵਿੱਚ ਦਰਜ ਵੀ ਕਰਵਾਏ ਨੇ ਇਹਨਾਂ ਦੋਹੀ ਗਵਾਹਾਂ ਨੇ ਡੇਰਾ ਪ੍ਰੇਮੀਆ ਦੀ ਪਛਾਣ ਵੀ ਕਰ ਲਈ ਹੈ ਪੋਸਟਰ ਲਾਉਣ ਦੇ ਮਾਮਲੇ ਦੇ ਵਿੱਚ ਇਹਨਾਂ ਗਵਾਹਾਂ ਦੇ ਬਿਆਨ ਦਰਜ ਹੋਏ ਨੇ 16 ਜੂਨ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸਿਆਸਤ ਵੀ ਜ਼ੋਰ ਫੜ ਰਹੀ ਹੈ ਤੇ ਆਵਾਜ਼ ਮੀ ਪਾਰਟੀ ਵੀ ਪਿੱਛੇ ਨਹੀਂ ਹਟੀ ਬਿਆਨਾਂ ਦੇ ਤੀਰ ਦਵੱਲਿਓ ਨਹੀਂ ਤਿੰਨਾ ਪਾਸਿਆਂ ਤੋਂ ਇੱਕ ਦੂਸਰੇ ਤੇ ਛੱਡੇ ਜਾ ਰਹੇ ਨੇ ਪਰ 2022 ਦੇ ਨੇੜੇ ਇਹ ਹਮਲੇ ਤਿੱਖੇ ਹੋਣੇ ਹੀ ਸੀ ਇਸ ਗੱਲ ਨੂੰ ਪੰਜਾਬ ਦੇ ਸੂਝਵਾਨ ਵੋਟਰ ਤੇ ਵਚਿੰਦਿਆਂ ਨੂੰ ਮਨੋਵਿਸਾਰ ਨਹੀਂ ਚਾਹੀਦੇ 16 ਜੂਨ ਤੋਂ ਬਾਅਦ ਕੀ ਖੁਲਾਸਾ ਹੁੰਦਾ ਹੈ ਇਹ ਤਾਂ ਅਫਸਰ ਹੀ ਜਾਣਦੇ ਨੇ ਜਾਂ ਫਿਰ ਸਰਕਾਰ ਦੀ ਨਵੀਂ ਸਿੱਟ ਜਾਂ ਫਿਰ ਸਰਕਾਰ ਨੇ ਜਿਹੜੀ ਪੁਰਾਣੀ ਸਿੱਟ ਬਣਾਈ ਸੀ ਉਸ ਨੇ ਜੋ ਖੁਲਾਸੇ ਕੀਤੇ ਸੀ ਜਾਂ ਫਿਰ ਉਹੀ ਹੋਣਗੇ ਕਿਉਂਕਿ ਨਵੀਂ ਜਾਂਚ ਟੀਮ ਉਹੀ ਕੁਝ ਕਰ ਰਹੀ ਹੈ ਜੋ ਪੁਰਾਣੀ ਨੇ ਕੀਤਾ ਸੀ ਨਵੀਂ ਸਿਟ ਨੇ ਹੁਣ ਤੱਕ ਕੀ ਕੀ ਕੀਤਾ ਇਹ ਤੁਹਾਨੂੰ ਦੱਸ ਦਿੰਨੇ ਆ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਨਵੀਂ ਸਿਟ ਦਾ ਗਠਨ ਕੀਤਾ ਹੈ ਤੇ ਅਦਾਲਤ ਦਾ ਹੁਕਮ ਸੀ ਕਿ ਇਸ ਸਿਟ ਦੇ ਵਿੱਚ ਕੋਈ ਵੀ ਪੁਰਾਣਾ ਮੈਂਬਰ ਹੈ ਜਿਹੜਾ ਉਹ ਸ਼ਾਮਿਲ ਨਹੀਂ ਹੋਵੇਗਾ ਕੋਈ ਵੀ ਪੁਰਾਣਾ ਪੁਲਿਸ ਅਧਿਕਾਰੀ ਸਿਟ ਦਾ ਹਿੱਸਾ ਨਹੀਂ ਹੋਵੇਗਾ ਨਵੀਂ ਸਿਟ ਤਕਰੀਬਨ ਉਸੇ ਪੈਟਰਨ ਤੇ ਕੰਮ ਕਰ ਰਹੀ ਹੈ ਜਿਹੜਾ ਪਹਿਲਾਂ ਵਾਲੀ ਸਿਟ ਨੇ اختیار ਕੀਤਾ ਸੀ ਵਿਸ਼ੇਸ਼ ਜਾਂਚ ਟੀਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰਨ ਤੇ ਸਬੰਧਿਤ ਰਾਜਯੋਗ ਪੋਸਟਰ ਲਾਉਣ ਦੇ ਇਲਜ਼ਾਮ ਦੇ ਵਿੱਚ ਡੇਰਾ ਪ੍ਰੇਮੀਆ ਨੂੰ ਗ੍ਰਿਫਤਾਰ ਕੀਤਾ ਹੈ ਜਿਵੇਂ ਪਹਿਲਾਂ ਵਾਲੇ ਸਿੱਟਨੇ ਕੀਤਾ ਸੀ 1 ਮਹੀਨੇ ਦੀ ਪੜਤਾਲ ਤੋਂ ਬਾਅਦ ਬੇਅਦਬੀ ਕਾਂਡ ਦੇ ਵਿੱਚ 6 ਡੇਰਾ ਪ੍ਰੇਮੀ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸਾਰੇ ਵਿਅਕਤੀ ਫਰੀਦਕੋਟ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਅਣਪਛਾਤੇ ਵਿਅਕਤੀਆਂ ਨੇ 12 ਅਕਤੂਬਰ 2015 ਦੀ ਰਾਤ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਪਾੜ ਕੇ ਖਿਲਾਰ ਦਿੱਤੇ ਸੀ ਇਸ ਤੋਂ ਪਹਿਲਾਂ 24 ਸਤੰਬਰ 2015 ਨੂੰ ਪਿੰਡ ਬਰਗਾੜੀ ਦੇ ਵਿੱਚ ਇਤਰਾਜ਼ ਜੋਗ ਤੇ ਚੇਤਾਵਨੀ ਪਰੇ ਪੋਸਟਰ ਵੀ ਲਾਏ ਗਏ ਸੀ ਦਾਵਾ ਕੀਤਾ ਗਿਆ ਸੀ ਕਿ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਪਹਿਲੀ ਜੂਨ ਨੂੰ ਚੋਰੀ ਹੋਇਆ ਸਰੂਪ ਉਹਨਾਂ ਦੇ ਕਬਜ਼ੇ ਦੇ ਵਿੱਚ ਹੀ ਹੈ। ਸੋ ਨਵੀਂ ਸਿਟ ਨੇ ਇਸ ਮਾਮਲੇ ਦੇ ਵਿੱਚ ਵੱਡੇ ਪੁਲਿਸ ਅਧਿਕਾਰੀਆਂ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾ ਨੰਗਲ ਅਤੇ ਚਰਨਜੀਤ ਸ਼ਰਮਾ ਸਮੇਤ 60 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਨੇ। ਸੈਣੀ ਹੋਰਾਂ ਤੋਂ ਤਾਂ ਦੋ-ਦੋ ਵਾਰੀ ਪੁੱਛ ਪੜਤਾਲ ਕਰ ਲਈ ਗਈ ਹੈ ਪਰ ਸਿਟ ਨੂੰ ਇਹਨਾਂ ਦੇ ਸੱਚ ਬੋਲਣ ਤੇ ਸ਼ੱਕ ਹੈ। ਇਸ ਕਰਕੇ ਸਿਟ ਅਦਾਲਤ ਦੇ ਵਿੱਚ ਪਹੁੰਚੀ ਹੈ ਤੇ ਇਹਨਾਂ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਵੀ ਕੀਤੀ ਹੈ। ਤੇ ਤਾਜ਼ਾ ਖਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜੇ ਜਾਣ ਦੀ ਹੈ ਸੋ ਹੁਣ 9 ਜੁਲਾਈ ਦੀ ਅਦਾਲਤ ਦੀ ਕਾਰਵਾਈ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਕਿਉਂਕਿ ਵਿਸ਼ੇਸ਼ ਜਾਂਚ ਟੀਮ 16 ਮਈ ਤੋਂ ਲੈ ਕੇ ਡੇਰਾ ਪ੍ਰੇਮੀਆ ਤੋਂ ਹਲੇ ਪੁੱਛ ਪੜਤਾਲ ਹੀ ਕਰ ਰਹੀ ਹੈ ਪਰ ਹਾਲੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੋਰੀ ਹੋਇਆ ਸਰੂਪ ਪਾੜੇ ਗਏ ਅੰਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜिल्ਦ ਬਰਾਮਦ ਨਹੀਂ ਹੋ ਸਕੇ ਜਦ ਕਿ ਨਵੀਂ ਸਿੱਟ ਨੇ ਇਹ ਦਾਵਾ ਕੀਤਾ ਸੀ ਜਦੋਂ ਇਹਨਾਂ ਡੇਰਾ ਪ੍ਰੇਮੀਆ ਨੂੰ ਫੜਿਆ ਗਿਆ ਸੀ ਕਿ ਇਹਨਾਂ ਕੋਲੋਂ ਸਾਨੂੰ ਸਾਰਾ ਕੁਝ ਰਾਮਧ ਹੋ ਜਾਏਗਾ ਇਹਨਾਂ ਨੇ ਮੰਨਿਆ ਕਿ ਸਾਡੇ ਕੋਲ ਸਭ ਕੁਝ ਹੈ ਪਰ ਹਾਲੇ ਤੱਕ ਕੁਝ ਵੀ ਹੱਥ ਨਹੀਂ ਲੱਗਿਆ ਸੋ ਹੁਣ ਅਦਾਲਤਾਂ ਨੇ ਕਰੋਨਾ ਕਰਕੇ ਕੰਮ ਬੰਦ ਕੀਤਾ ਹੋਇਆ ਸੀ ਤੇ ਮਾਮਲੇ ਦੀ ਸੁਣਵਾਈ 9 ਜੁਲਾਈ ਤੱਕ ਟਾਲ ਦਿੱਤੀ ਗਈ ਹੈ ਸੋ ਸਾਫ਼ ਤੌਰ ਤੇ ਦਿਖ ਰਿਹਾ ਹੈ ਨਵੀਂ ਸਿਟ ਵੀ ਤਕਰੀਬਨ ਉਸੇ ਪੈਟਰਨ ਤੇ ਕੰਮ ਕਰ ਰਹੀ ਹੈ ਜਿਹੜਾ ਪੁਰਾਣੀ ਸਿਟ ਨੇ ਅਖਤਿਆਰ ਕੀਤਾ ਸੀ ਪੁਰਾਣੀ ਸਿਟ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਮਨ ਭੇਜੇ ਸੀ ਸੁਖਬੀਰ ਬਾਦਲ ਨੂੰ ਸਮਨ ਭੇਜੇ ਸੀ ਤੇ ਆਕਸ਼ੇ ਕੁਮਾਰ ਇਹਨਾਂ ਸਾਰਿਆਂ ਤੋਂ ਪੁੱਛ ਪੜਤਾਲ ਕੀਤੀ ਸੀ ਡੇਰਾ ਪ੍ਰੇਮੀਆ ਨੂੰ ਵੀ ਗ੍ਰਿਫਤਾਰ ਕੀਤਾ ਸੀ ਫਿਰ ਬਾਅਦ ਚ ਉਹਨਾਂ ਨੂੰ ਜ਼ਮਾਨਤਾਂ ਤੇ ਰਿਹਾ ਕਰ ਦਿੱਤਾ ਸੀ ਆਖਿਰਕਾਰ ਹੋਇਆ ਕਿ ਪੁਰਾਣੀ ਸਿੱਟ ਦੀ ਜਾਂਚ ਰਿਪੋਰਟ ਹਾਈ ਕੋਰਟ ਨੇ ਮੁੱਢੋਂ ਹੀ ਖਾਰਜ ਕਰ ਦਿੱਤੀ 6 ਸਾਲਾਂ ਦੇ ਬਾਅਦ ਨਿਆ ਨਹੀਂ ਮਿਲਿਆ 6 ਸਾਲਾਂ ਦੇ ਬਾਅਦ ਸਿੱਖ ਕੌਮ ਦੇ ਹੱਥ ਅੱਜ ਵੀ ਖਾਲੀ ਦੇ ਖਾਲੀ ਨੇ ਬਾਈਬਲ ਕਲਾ ਦੇ ਵਿੱਚ ਆਖਿਰਕਾਰ ਵਾਪਰਿਆ ਕੀ ਸੀ ਅਕਤੂਬਰ 2015 ਦੀ ਉਹ ਗੱਲ ਸਭ ਨੂੰ ਯਾਦ ਹੋਵੇਗੀ ਉਹ ਘਟਨਾ ਜਦੋਂ ਪੂਰੇ ਪੰਜਾਬ ਹੀ ਨਹੀਂ ਦੁਨੀਆ ਭਰ ਵਿੱਚ ਵਸਤੇ ਸਿੱਖਾਂ ਦੇ ਹਿਰਦੇ ਝੰਜੋੜੇ ਗਏ ਸੀ ਪਿੰਡ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਨੇ ਜਿਹੜੇ ਉਹ ਖਲਾਰੇ ਹੋਏ ਗਲੀਆਂ ਦੇ ਵਿੱਚ ਮਿਲੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਰ ਬੇਅਦਬੀ ਕੀਤੀ ਗਈ ਸੀ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਪੰਜਾਬ ਦੇ ਸਿੱਖਾਂ ਨੇ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ ਇੱਕ ਸ਼ਾਂਤਮਈ ਰੋਸ ਮੁਜ਼ਾਹਰਾ ਹੋ ਰਿਹਾ ਸੀ ਉਸ ਵਕਤ ਬਾਬਲ ਕਲਾਂ ਦੇ ਵਿੱਚ ਤੇ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਦੋਵੇਂ ਥਾਵਾਂ ਤੇ ਸਿੱਖ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸੀ ਇਨਸਾਫ ਦੀ ਮੰਗ ਕਰ ਰਹੇ ਸੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਸ ਵਕਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਸੀ ਅਤੇ ਪੁਲਿਸ ਦੇ ਵੱਲੋਂ ਇਹਨਾਂ ਸਾਰੇ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਸਿੱਖਾਂ ਨੂੰ ਭਜਾਉਣ ਦੀ ਕੋਸ਼ਿਸ਼ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੀ ਇਸ ਅਣਵਾਹ ਕੀਤੀ ਫਾਇਰਿੰਗ ਦੇ ਵਿੱਚ ਦੋ ਸਿੱਖਾਂ ਦੀ ਮੌਤ ਹੋ ਗਈ ਸੀ ਤੇ ਬਹੁਤ ਸਾਰੇ ਸਿੱਖ ਜ਼ਖਮੀ ਹੋ ਗਏ ਸੀ ਏ ਸਿਕ ਸੀਗੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਇਹਨਾਂ ਦੋਵਾਂ ਦੀ ਉਸ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਮੌਤ ਹੋ ਗਈ ਸੀ ਇਸ ਸਾਰੇ ਕਾਂਡ ਦੀ ਆਖਿਰਕਾਰ ਜੜ ਕੀ ਹੈ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੀ ਘਟਨਾ ਤੇ ਵੀ ਆਪਾਂ ਇੱਕ ਝਾਤ ਮਾਰ ਲੈਨੇ ਆ ਇਸ ਮਾਮਲੇ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ ਕੈਪਟਨ ਸਰਕਾਰ ਦੇ ਵੱਲੋਂ 2017 ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਰਿਪੋਰਟ ਦੇ ਮੁਤਾਬਿਕ 2017 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ 122 ਘਟਨਾਵਾਂ ਵਾਪਰੀਆਂ ਤੇ ਕੁੱਲ 157 ਘਟਨਾਵਾਂ ਵਾਪਰੀਆਂ ਕਿਉਂਕਿ 122 ਘਟਨਾਵਾਂ ਤਾਂ ਸਿੱਖਾਂ ਦੇ ਜਿਹੜੇ ਗ੍ਰੰਥ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਰਦੁਆਰਾ ਸਾਹਿਬ ਜਾਂ ਪੋਥੀਆਂ ਉਹਨਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਇਸ ਤੋਂ ਬਿਨਾ ਹਿੰਦੂਆਂ ਦੇ ਜਿਹੜੇ 22 ਗ੍ਰੰਥ ਨੇ ਉਹਨਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ 22 ਘਟਨਾਵਾਂ ਉਹ ਵਾਪਰੀਆਂ ਮੁਸਲਮਾਨਾਂ ਦੀਆਂ ਧਾਰਮਿਕ ਜਿਹੜੇ ਗ੍ਰੰਥ ਨੇ ਉਹਨਾਂ ਦੀਆਂ ਪੰਜ ਥਾਵਾਂ ਤੇ ਬੇਅਦਬੀਆਂ ਕੀਤੀਆਂ ਗਈਆਂ। ਕ੍ਰਿਸ਼ਨਾਂ ਦੇ ਇੱਕ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਈ। ਕਮਿਸ਼ਨ ਦੀ ਰਿਪੋਰਟ ਦੇ ਮੁਤਾਬਿਕ ਬੁਰਜ ਜਵਾਰ ਸਿੰਘ ਵਾਲਾਂ ਦੇ ਵਿੱਚ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਦੁਪਹਿਰੇ ਕਰੀਬ 1 ਵਜੇ ਵਾਪਰੀ ਸੀ ਜੂਨ 2015 ਦੇ ਵਿੱਚ। ਇਹ ਘਟਨਾ ਸੋਚਣ ਤੇ ਸਮਝਣ ਦੀ ਉਮੀਦ ਤੋਂ ਵੀ ਪਰੇ ਸੀ। ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਇਹੋ ਜਿਹਾ ਕਾਰਾ ਤਾਂ ਮੁਗਲ ਕਾਲ ਦੇ ਵਿੱਚ ਵੀ ਨਹੀਂ ਵਾਪਰਿਆ ਸੀ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸੀ। ਇਸ ਘਟਨਾ ਦੇ ਪਿੱਛੇ ਸਿਰਫ ਤੇ ਸਿਰਫ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀ ਮਨਸ਼ਾ ਸੀ ਇਹ ਕੋਈ ਰੋਜ਼ਾਨਾ ਹੋਣ ਵਾਲਾ ਅਪਰਾਧ ਨਹੀਂ ਸੀ ਰਿਪੋਰਟ ਦੇ ਮੁਤਾਬਕ ਕੁਝ ਬੱਚੇ ਗੁਰਦੁਆਰਾ ਸਾਇ ਵਿਖੇ ਗੁਰਬਾਣੀ ਸਿੱਖਣ ਤੇ ਪੜਨ ਲਈ ਆਉਂਦੇ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਗਾਇਬ ਦੇਖੇ ਗੁਰਦੁਆਰੇ ਦੇ ਗ੍ਰੰਥੀ ਗੋਰਾ ਸਿੰਘ ਗੁਰਦੁਆਰੇ ਦੇ ਵਿੱਚ ਹੀ ਰਹਿੰਦੇ ਸੀ ਗ੍ਰੰਥੀ ਦੀ ਪਤਨੀ ਸਵਰਨਜੀਤ ਕੌਰ ਗੁਰੂ ਘਰ ਵਿੱਚ ਬਣੇ ਕਮਰੇ ਵਿੱਚ ਮੌਜੂਦ ਸੀ ਘਟਨਾ ਦਾ ਪਤਾ ਲੱਗਣ ਤੇ ਗ੍ਰੰਥੀ ਦੀ ਪਤਨੀ ਉਸਨੂੰ ਪਿੰਡ ਵਿੱਚੋਂ ਲੈਣ ਚਲੀ ਗਈ ਜੋ ਕਿ ਪਿੰਡ ਵਿੱਚ ਕਿਸੇ ਦੇ ਘਰ ਪਾਠ ਕਰ ਰਿਹਾ ਸੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਬਾਜਾਖਾਨਾ ਪੁਲਿਸ ਨੂੰ ਸੂਚਿਤ ਕੀਤਾ ਐਸਐਚਓ ਜਸਵੀਰ ਸਿੰਘ ਤੇ ਸੁਖਦੇਵ ਸਿੰਘ ਡੀਐਸਪੀ ਮੌਕੇ ਤੇ ਆ ਗਏ ਪੁਲਿਸ ਨੇ ਉਸ ਦਿਨ ਕੋਈ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਇੱਥੇ ਸਭ ਤੋਂ ਪਹਿਲੀ ਜਿਹੜੀ ਪੁਲਿਸ ਦੀ ਘਟਿਆ ਕਾਰਵਾਈ ਸਾਹਮਣੇ ਆਉਂਦੀ ਹੈ ਇਸ ਸਾਰੀ ਪੜਤਾਲ ਦੇ ਵਿੱਚ ਫਰੀਦਕੋਟ ਦੇ ਐਸਐਸਪੀ ਚਰਨਜੀਤ ਸ਼ਰਮਾ ਦਾ ਖਾਸ ਤੌਰ ਤੇ ਨਾਮ ਲਿਆ ਜਾਂਦਾ ਹੈ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਅਮਰ ਸਿੰਘ ਚਾਹਲ ਵੀ 2 ਜੂਨ ਨੂੰ ਪਹੁੰਚੇ ਸੀ ਹਰੇਕ ਪੁਲਿਸ ਅਧਿਕਾਰੀ ਨੇ ਆਪਣੇ ਵੱਲੋਂ ਇਸ ਮਾਮਲੇ ਵਿੱਚ ਚੰਗਾ ਕੰਮ ਕਰਨ ਦੇ ਦਾਅਵੇ ਵੀ ਕੀਤੇ ਗਏ ਪਰ ਸਫਲਤਾ ਕਿਸੇ ਨੂੰ ਨਹੀਂ ਮਿਲੀ ਕਮਿਸ਼ਨ ਨੇ ਕਿਹਾ ਕਿ ਉਹ ਵਧੀਆ ਜਾਂਚ ਦੇ ਸਹੀ ਗਲਤ ਨੂੰ ਵੀ ਦੇਖੇਗੀ ਕੋਈ ਵੀ ਸੁਰਾਗ ਨਾ ਲੱਗਣ ਕਾਰਨ ਐਸਐਸਪੀ ਫਰੀਦਕੋਟ ਨੇ 4 ਜੂਨ 2015 ਨੂੰ ਇੱਕ ਛੇਟ ਬਣਾ ਦਿੱਤੀ ਇਸ ਦੀ ਕਮਾਨ ਐਸਪੀ ਡੀ ਫਰੀਦਕੋਟ ਤੇ ਜੈਤੋ ਦੇ ਡੀਐਸਪੀ ਨੂੰ ਸੌਂਪੀ ਗਈ ਉਸ ਵਕਤ ਵੀ ਸਿੱਖ ਜਥੇਬੰਦੀਆਂ ਨੇ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਜੋ ਘਟਨਾ ਵਾਪਰੀ ਸੀ ਉਸ ਦੇ ਖਿਲਾਫ ਆਵਾਜ਼ ਚੁੱਕੀ ਪਿੰਡ ਦੇ ਗੁਰੂ ਘਰ ਦੇ ਵਿੱਚ ਤਾਇਨਾਤ ਕੀਤਾ ਪੁਲਿਸ ਮੁਲਾਜ਼ਮ ਉੱਥੋਂ ਹਟਾ ਦਿੱਤਾ ਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪੁਲਿਸ ਇਸ ਨੂੰ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦੀ ਸੀ ਤੇ ਹੋਇਆ ਵੀ ਇਸੇ ਤਰ੍ਹਾਂ ਯਾਨੀ ਕਿ ਜੂਨ ਦੇ ਵਿੱਚ ਸਰੂਪ ਚੋਰੀ ਹੁੰਦੇ ਨੇ ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਜਾ ਕੇ ਬਰਗਾੜੀ ਪਿੰਡ ਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਕਿਸ ਕਰਕੇ ਕਿਉਂਕਿ ਪੁਲਿਸ ਦੀ ਬਹੁਤ ਹੀ ਕਟਿਆ ਤੇ ਢਿੱਲੀ ਕਾਰਵਾਈ ਸਾਹਮਣੇ ਆਈ ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਗਿਆ ਗੁਰੂ ਘਰ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਸੁਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਸੀ ਉਸ ਨੂੰ ਵੀ ਹਟਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜੋ ਕੁਛ ਅਕਤੂਬਰ ਦੇ ਵਿੱਚ ਬਰਗਾੜੀ ਪਿੰਡ ਦੇ ਵਿੱਚ ਵਾਪਰਿਆ ਪਹਿਲਾਂ ਪੋਸਟਰ ਲਾਏ ਗਏ ਉਸ ਦੇ ਵਿੱਚ ਚੈਲੰਜ ਕੀਤਾ ਗਿਆ ਕਿ ਸਰੂਪ ਲੱਭ ਕੇ ਦਿਖਾਓ ਉਸ ਤੋਂ ਬਾਅਦ ਫਿਰ ਪੋਸਟਰ ਲਾਏ ਗਏ ਕਿ ਅਸੀਂ ਤੁਹਾਡੇ ਗੁਰੂ ਨੂੰ ਗਲੀਆਂ ਦੇ ਵਿੱਚ ਰੋਲ ਦੇਾਂਗੇ ਕੀਤਾ ਵੀ ਉਹੀ ਗਿਆ ਉਦੋਂ ਤੱਕ ਵੀ ਪੋਸਟਰ ਲਾਉਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਸਿੱਖ ਸੰਸਥਾਵਾਂ ਸਿੱਖ ਜਥੇਬੰਦੀਆਂ ਤੇ ਜਿਹੜੀਆਂ ਜ਼ਿੰਮੇਵਾਰ ਸਿੱਖ ਸੰਸਥਾਵਾਂ ਆਪਣੇ ਆਪ ਨੂੰ ਕਹਾਉਂਦੀਆਂ ਨੇ ਉਹ ਵੀ ਦੜਵਟ ਕੇ ਬੈਠੀਆਂ ਰਹੀਆਂ ਕੁਝ ਵੀ ਕਿਸੇ ਨੇ ਨਹੀਂ ਕੀਤਾ ਹੁਣ ਜਾਣਦੇ ਆ ਕਿ 2017 ਦੇ ਵਿੱਚ ਜਦੋਂ ਵਿਧਾਨ ਸਭਾ ਜਿਹੜੀ ਹੁਣ ਚੱਲ ਰਹੀ ਹੈ ਉਸ ਤੇ ਲਈ ਵੋਟਾਂ ਪਈਆਂ ਸੀ ਉਦੋਂ ਇਹ ਮੁੱਦਾ ਕਿਵੇਂ ਵਰਤਿਆ ਗਿਆ 2017 ਦੇ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਆਈ ਤਾਂ ਇਸ ਮਾਮਲੇ ਵਿੱਚ 14 April 2017 ਨੂੰ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਸਰਕਾਰ ਬਣਾਉਣ ਤੋਂ ਕੁਝ ਦਿਨਾਂ ਦੇ ਬਾਅਦ ਹੀ ਇਹ ਕਾਰਵਾਈ ਕਰ ਦਿੱਤੀ ਸੀ ਤੇ ਕਮਿਸ਼ਨ ਨੇ 30 June 2018 ਨੂੰ ਆਪਣੀ ਰਿਪੋਰਟ ਵਿੱਚ ਆਪਣੀ ਰਿਪੋਰਟ ਵੀ ਸੌਂਪ ਦਿੱਤੀ ਜਿਸ ਦੇ ਵਿੱਚ ਬਹੁਤ ਸਾਰੇ ਪ੍ਰਸ਼ਾਸਨਿਕ ਪੁਲਿਸ ਅਤੇ ਸਿਆਸੀ ਲੋਕਾਂ ਦੇ ਬਾਰੇ ਖੁਲਾਸੇ ਕੀਤੇ ਗਏ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਨੇ ਇਸ ਦਾ ਵਿਰੋਧ ਕੀਤਾ ਤੇ ਬਾਈਕਾਟ ਕਰ ਦਿੱਤਾ ਉਸ ਤੋਂ ਬਾਅਦ ਲਗਾਤਾਰ ਇਸ ਮੁੱਦੇ ਦੇ ਉੱਤੇ ਪੰਜਾਬ ਦੀ ਸਿਆਸਤ ਅੰਦਰ ਗਰਮਾ-ਗਰਮੀ ਹੁੰਦੀ ਰਹੀ ਪਰ ਆਪਾਂ ਗੱਲ ਕਰਨੀ ਹੈ ਕਿ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਮੁੱਦਾ ਕਿਵੇਂ ਵਰਤਿਆ ਗਿਆ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹੁਣ ਨੇ ਉਦੋਂ ਉਹ ਕਾਂਗਰਸ ਦੇ ਲੀਡਰ ਸੀਗੇ ਤੇ ਆਮ ਆਦਮੀ ਪਾਰਟੀ ਇਹਨਾਂ ਦੋਵਾਂ ਪਾਰਟੀਆਂ ਨੇ ਇੱਕ ਬਹੁਤ ਹੀ ਵੱਡੇ ਤਰੀਕੇ ਦੇ ਨਾਲ ਬੇਅਦਬੀ ਦੇ ਮੁੱਦੇ ਨੂੰ ਵਰਤਿਆ ਸੀ ਅਕਾਲੀ ਦਲ ਦੇ ਖਿਲਾਫ ਹਰ ਸਟੇਜ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਬੋਲਦੇ ਹੁੰਦੇ ਸੀ ਕਿ ਇਸ ਮਸਲੇ ਦੇ ਵਿੱਚ ਅਸੀਂ ਨਿਆਂ ਦੇਵਾਂਗੇ ਅਕਾਲੀਆਂ ਨੇ ਇਸ ਤਰ੍ਹਾਂ ਕੀਤਾ ਇਹਨਾਂ ਦੇ ਰਾਜ ਵਿੱਚ ਇਸ ਤਰ੍ਹਾਂ ਹੋਇਆ ਪੂਰਾ ਜਿਹੜਾ ਅਕਾਲੀਆਂ ਦੇ ਖਿਲਾਫ ਇੱਕ ਲਹਿਰ ਜਿਹੜੀ ਉਹ ਖੜੀ ਕੀਤੀ ਗਈ ਜਿਸ ਦਾ ਨਤੀਜਾ ਨਿਕਲਿਆ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਕਾਂਗਰਸ ਦੀ ਸਰਕਾਰ ਬਣੀ ਅਕਾਲੀ ਦਲ ਤੀਜੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਈ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੂਸਰੀ ਵੱਡੀ ਪਾਰਟੀ ਬਣ ਕੇ ਉੱਭਰਦੀ ਹੈ ਉਸ ਵਕਤ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਹੈਗਾ ਨਸ਼ਿਆਂ ਨੂੰ 4 ਹਫ਼ਤਿਆਂ ਦੇ ਵਿੱਚ ਖਤਮ ਕਰਨ ਦੀ ਸੌਂ ਵੀ ਖਾਦੀ ਸੀ ਗੁਟਕਾ ਹੱਥ ਦੇ ਵਿੱਚ ਫੜ ਕੇ ਤੇ ਜਿਹੜਾ ਹਰ ਥਾਂ ਦੇ ਉੱਤੇ ਹਰ ਕਾਂਗਰਸੀ ਲੀਡਰ ਇਕੱਲੇ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਹਰ ਕਾਂਗਰਸੀ ਲੀਡਰ ਦੇ ਵੱਲੋਂ ਬੇਅਦਬੀ ਦੇ ਮੁੱਦੇ ਨੂੰ ਇੱਕ ਵੱਡਾ ਮੁੱਦਾ ਬਣਾਇਆ ਜਾਂਦਾ ਸੀ ਹਰ ਰੈਲੀ ਦੇ ਵਿੱਚ ਹਰ ਸਟੇਜ ਦੇ ਉੱਤੇ ਇਸ ਮੁੱਦੇ ਤੇ ਸਿਆਸਤ ਹੈ ਜਿਹੜੀ ਕੀਤੀ ਜਾਂਦੀ ਸੀ ਉਸ ਤੋਂ ਬਾਅਦ 2017 ਤੋਂ ਬਾਅਦ ਕਮਿਸ਼ਨ ਬਣਾਇਆ ਫਿਰ ਵਿਧਾਨ ਸਭਾ ਦੇ ਵਿੱਚ ਵੀ ਚਰਚਾ ਹੋਈ ਪਰ ਕਾਰਵਾਈ ਆਖਿਰ ਤੇ ਆ ਕੇ ਕੀ ਹੁੰਦੀ ਹੈ 4.5 ਸਾਲਾਂ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬਣਾਏ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜਿਹੜੀ ਸੈੱਟ ਬਣਾਈ ਗਈ ਉਸ ਦੀ ਰਿਪੋਰਟ ਨੂੰ ਹਾਈ ਕੋਰਟ ਦੇ ਵੱਲੋਂ ਖਾਰਜ ਕੀਤਾ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਇਸ ਨੂੰ ਮੰਨ ਲੈਂਦੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਅਸੀਂ ਇਸ ਫੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿਆਂ ਦਿਆਂਗੇ ਅਸੀਂ ਇਨਸਾਫ ਕਰਾਂਗੇ ਪਰ ਸੁਪਰੀਮ ਕੋਰਟ ਦੇ ਵਿੱਚ ਕੌਣ ਗਿਆ ਤੁਹਾਨੂੰ ਵੀ ਪਤਾ ਹੈ ਕੋਈ ਵੀ ਹਾਲੇ ਤੱਕ ਨਹੀਂ ਗਿਆ ਹਾਲਾਂਕਿ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਹੀ ਸਿੰਗਲ ਬੈਂਚ ਦਾ ਫੈਸਲਾ ਸੀ ਇਸ ਨੂੰ ਹਾਈ ਕੋਰਟ ਦੇ ਵਿੱਚ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ ਇਹ ਕਾਨੂੰਨ ਕਹਿੰਦਾ ਹੈ ਤੇ 4.5 ਸਾਲਾਂ ਬਾਅਦ ਵੀ ਸਿੱਖਾਂ ਦੇ ਹੱਥ ਕੁਝ ਨਹੀਂ ਲੱਗਿਆ ਤੇ ਹੁਣ ਇਸੇ ਮੁੱਦੇ ਨੂੰ ਤੂਲ ਦਿੱਤਾ ਜਾ ਰਿਹਾ ਹੈ 2022 ਦੀਆਂ ਚੋਣਾਂ ਦੇ ਵਿੱਚ ਵੀ ਵੱਡਾ ਮੁੱਦਾ ਬਣਾਉਣ ਦੀ ਖਾਤਰ ਯਾਨੀ ਕਿ ਹੁਣ ਅਕਾਲੀ ਦਲ ਜਿਹੜੇ ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਉਹ ਹੁਣ ਇਸ ਮੁੱਦੇ ਨੂੰ ਪੂਰਾ ਉਛਾਲ ਰਹੀਆਂ ਨੇ ਕਿ ਕੈਪਟਨ ਨੇ ਕੋਈ ਇਨਸਾਫ ਨਹੀਂ ਦਿੱਤਾ ਜਦ ਕਿ ਕੈਪਟਨ ਵੱਲੋਂ ਬਣਾਈ ਨਵੀਂ ਸੈੱਟ ਹੈ ਜਿਹੜੀ ਉਹ ਵੀ ਪੂਰੀ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ ਇਹ ਵਾਹ ਲੱਗੀ ਹੋਈ ਹੈ ਕੈਪਟਨ ਸਰਕਾਰ ਦੀ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਅਸੀਂ ਇਸ ਮੁੱਦੇ ਦਾ ਕੁਛ ਨਾ ਕੁਛ ਜ਼ਰੂਰ ਕਰ ਦਈਏ ਜਿਹਦੇ ਨਾਲ ਸਿੱਖ ਪਾਇਚਾਰਾ ਥੋੜਾ ਟਿਕ ਜਾਵੇ ਪਰ ਇਸ ਮੁੱਦੇ ਦਾ ਹੱਲ ਨਹੀਂ ਹੁੰਦਾ ਲੱਗਦਾ ਇਸ ਮੁੱਦੇ ਦੇ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਦੀ ਨਹੀਂ ਲੱਗਦੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਉਸ ਵਕਤ ਦੋਸ਼ੀਆਂ ਨੂੰ ਬਚਾਇਆ ਦੋਸ਼ੀਆਂ ਨੂੰ ਬਚਾਉਣ ਦੇ ਕਰਕੇ ਉਹ ਵੀ ਉਨੇ ਹੀ ਦੋਸ਼ੀ ਸਾਬਤ ਹੁੰਦੇ ਨੇ ਚਾਹੇ ਉਹਨਾਂ ਨੇ ਬੇਇੱਦਵੀ ਨਹੀਂ ਕੀਤੀ ਜਾਂ ਨਹੀਂ ਕਰਵਾਈ ਪਰ ਉਹਨਾਂ ਨੇ ਦੋਸ਼ੀਆਂ ਨੂੰ ਪੂਰੀਆਂ ਛਤਰੀਆਂ ਦੇ ਕੇ ਰੱਖੀਆਂ ਸੋ ਇਹ ਕੁਝ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਚੱਲ ਰਿਹਾ ਹੈ ਕਾਂਗਰਸ ਦੇ ਵੱਡੇ ਲੀਡਰ ਨਵਜੋਤ ਸਿੰਘ ਸਿੱਧੂ ਇਸ ਮੁੱਦੇ ਤੇ ਆਪਣੀ ਸਰਕਾਰ ਤੋਂ ਦੋ ਕਦਮ ਨਹੀਂ ਚਾਰ ਕਦਮ ਦੂਰ ਤੁਰਦੇ ਨੇ ਹਾਲਾਂਕਿ ਸਿੱਧੂ ਦੇ ਸਿਰ ਸੁਰ ਵੀ ਉਦੋਂ ਹੀ ਨਿਕਲੇ ਨੇ ਇਸ ਮੁੱਦੇ ਨੂੰ ਲੈ ਕੇ ਜਦੋਂ ਉਹਨਾਂ ਨੇ ਜਿਹੜਾ ਹੈਗਾ ਆਪਣੀ ਵਜ਼ਾਰਤ ਹੈ ਜਿਹੜੀ ਉਹ ਛੱਡੀ ਹੈ ਯਾਨੀ ਕਿ ਕੈਬਨਿਟ ਆਪਣੇ ਪੰਜਾਬ ਦੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਮੰਤਰੀ ਦਾ ਅਹੁਦਾ ਮਿਲਿਆ ਸੀ ਜਦੋਂ ਉਹਨਾਂ ਨੇ ਉਹ ਛੱਡਿਆ ਉਸ ਤੋਂ ਬਾਅਦ ਸਿੱਧੂ ਨੇ ਖੁੱਲੇ ਤੌਰ ਤੇ ਇਸ ਮਸਲੇ ਦੇ ਬਾਰੇ ਬੋਲਣਾ ਸ਼ੁਰੂ ਕੀਤਾ ਹੁਣ ਤਾਂ ਉਹ ਲਗਾਤਾਰ ਹੀ ਬੋਲ ਰਹੇ ਨੇ ਸੋ 2017 ਦੇ ਵਿੱਚ ਇਸ ਮੁੱਦੇ ਨੂੰ ਖੂਬ ਵਰਤਿਆ ਗਿਆ ਤੇ 2000 ਭਾਈ ਦੇ ਵਿੱਚ ਵੀ ਨਹੀਂ ਵਰਤਿਆ ਜਾਵੇਗਾ ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਵਰਤਨਾ ਸ਼ੁਰੂ ਵੀ ਕਰ ਦਿੱਤਾ ਹੈ ਸਿਆਸਤਦਾਨਾਂ ਨੇ ਨਿਆਲੈਂਡ ਦੇ ਵਿੱਚ ਸਿੱਖ ਸੰਸਥਾਵਾਂ ਦੀ ਭੂਮਿਕਾ ਕੀ ਰਹੀ ਇਹ ਵੀ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਸਰਕਾਰਾਂ ਨੇ ਇਸ ਮਾਮਲੇ ਦਾ ਜੋ ਹਾਲ ਹੁਣ ਤੱਕ ਕੀਤਾ ਸੋ ਕੀਤਾ ਨਿਆਂ ਦੇਣ ਦੇ ਵਿੱਚ ਸਿਕ ਸੰਸਥਾਵਾਂ ਨੇ ਵੀ ਕੋਈ ਚੁਸਤ ਭੂਮਿਕਾ ਨਹੀਂ ਨਿਭਾਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸੈਵਿਕੇ ਪੰਡ ਸਿੰਘ ਸਹਿਬਾਨਾਂ ਦੀ ਬੈਠਕ ਹੋਈ ਜਿਸ ਦੇ ਵਿੱਚ ਸਿੰਘ ਸਹਿਬਾਨਾਂ ਨੇ ਕਿਹਾ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਵਧੇਰੇ ਗੁਰਦੁਆਰਾ ਕਮੇਟੀਆਂ ਦੀ ਮਾੜੀ ਕਾਰਗੁਜ਼ਾਰੀ ਹੀ ਜ਼ਿੰਮੇਵਾਰ ਹੁੰਦੀ ਹੈ ਸ਼੍ਰੀ ਅਕਾਲ ਤਖਤ ਸੈਵਿਕੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਦੇਖਣ ਵਿੱਚ ਆਇਆ ਕਿ ਬੇਅਦਬੀ ਦੀਆਂ ਜ਼ਿਆਦਾਤਰ ਘਟਨਾਵਾਂ ਗ੍ਰੰਥੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਵਾਪਰਦੀਆਂ ਨੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਸ਼ਖਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਅਤੇ ਭਵਿੱਖ ਵਿੱਚ ਉਸ ਗੁਰੂ ਘਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਨਹੀਂ ਦਿੱਤਾ ਜਾਏਗਾ। ਪੰਚ ਸਿੰਘ ਸਾਬਾਨਾ ਨੇ ਉਸ ਵਕਤ ਫੈਸਲਾ ਸੁਣਾਇਆ ਸੀ ਐਸਜੀਪੀਸੀ ਨੂੰ ਹੁਕਮ ਦਿੱਤੇ ਸੀ ਕਿ ਹਰ ਗੁਰੂ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਜਾਣ ਇੱਕ ਚੌਂਕੀਦਾਰ ਲਾਜ਼ਮੀ ਤੌਰ ਤੇ ਰੱਖਣ ਦੀ ਵੀ ਹਦਾਇਤ ਦਿੱਤੀ ਸੀ ਜਿਸ ਤੋਂ ਬਾਅਦ ਪੰਜਾਬ ਦੇ ਹਰ ਪਿੰਡ ਸ਼ਹਿਰ ਦੇ ਵਿੱਚ ਬਣੇ ਹਰ ਗੁਰੂ ਘਰ ਦੇ ਵਿੱਚ ਸੀਸੀਟੀਵੀ ਲੱਗ ਚੁੱਕੇ ਨੇ ਪਰ ਕੈਮਰੇ ਲੱਗਣ ਦੇ ਬਾਵਜੂਦ ਵੀ ਪੰਜਾਬ ਦੇ ਕਈ ਗੁਰੂ ਘਰਾਂ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਮੁਤਾਬਿਕ ਜਿਹੜੇ ਗੁਰਦੁਆਰਿਆਂ ਵਿੱਚ ਧਾਰਮਿਕ ਸੇਵਾ ਨਹੀਂ ਨਿਭਾਈ ਜਾਂਦੀ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਿਸੇ ਹੋਰ ਗੁਰਦੁਆਰੇ ਵਿੱਚ ਸੁਸ਼ੋਭਿਤ ਕਰ ਦਿੱਤਾ ਜਾਏਗਾ ਫੈਸਲਾ ਤਾਂ ਇਹ ਵੀ ਕੀਤਾ ਗਿਆ ਸੀ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਗੁਰਦੁਆਰਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਸਾਹਮਣੇ ਆਏ ਨੇ ਉੱਥੇ ਸਰੂਪ ਨਹੀਂ ਦਿੱਤੇ ਜਾਣਗੇ ਪਰ ਇਸ ਤੋਂ ਬਾਅਦ ਵੀ ਕਈ ਘਟਨਾਵਾਂ ਨੂੰ ਨਹੀਂ ਰੋਕਿਆ ਜਾ ਸਕਿਆ ਸਵਾਲ ਉੱਠਦਾ ਹੈ ਕਿ ਕੀ ਐਸਜੀਪੀਸੀ ਨੇ ਇਸ ਮਾਮਲੇ ਨੂੰ ਬਾਦਲ ਪਰਵਾਦੀ ਨੇੜਤਾ ਦੇ ਕਾਰਨ ਸਿਰਫ ਤੇ ਸਿਰਫ ਕਮੇਟੀਆਂ ਦੇ ਉੱਤੇ ਗੁਰਦੁਆਰਿਆਂ ਦੀਆਂ ਜਿਹੜੀਆਂ ਲੋਕਲ ਕਮੇਟੀਆਂ ਨੇ ਉਹਨਾਂ ਦੇ ਆਸਰੇ ਛੱਡ ਦਿੱਤਾ ਹੈ ਜਾਂ ਗੁਰੂ ਘਰਾਂ ਨੂੰ ਆਪਣੇ ਹਾਲ ਦੇ ਉੱਤੇ ਛੱਡ ਦਿੱਤਾ ਹੈ ਐਸਜੀਪੀਸੀ ਧਰਮ ਨੂੰ ਸਿਆਸਤ ਤੋਂ ਵੱਖ ਨਹੀਂ ਕਰ ਸਕੀ ਹੈ ਇਸ ਦੌਰ ਦੇ ਵਿੱਚ ਬੀਅਦਬੀ ਦੀ ਵੱਡੀ ਘਟਨਾ ਵਾਪਰਨ ਦੇ ਵੇਲੇ ਬਾਦਲ ਸਰਕਾਰ ਕਿੰਨੀ ਦੋਸ਼ੀ ਤੇ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਸੰਮਨ ਜਿਹੜੇ ਭੇਜੇ ਗਏ ਨੇ ਉਸ ਤੋਂ ਬਾਅਦ ਕੀ ਕੁਝ ਹੋਵੇਗਾ ਬਾਦਲ ਨੂੰ ਕੁਝ ਹੋਵੇਗਾ ਇਹ ਵੀ ਜਾਨਣਾ ਜ਼ਰੂਰੀ ਹੈ ਕਹਿੰਦੇ ਜਦੋਂ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਸਿਰੇ ਤੋਂ ਖਾਰਜ ਕਰਕੇ ਫੈਸਲਾ ਸੁਣਾਇਆ ਗਿਆ ਤਾਂ ਮਾਮਲੇ ਵਿੱਚ ਬਿਨਾਂ ਕੋਈ 파ਰਟੀ ਹੁੰਦਿਆਂ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਬਾਦਲ ਪਰਿਵਾਰ ਨੇ ਵੀ ਕਾਫੀ ਖੁਸ਼ੀਆਂ ਮਨਾਈਆਂ ਅਕਾਲੀ ਦਲ ਨੇ ਕਹਿ ਸਕਦੇ ਹਾਂ ਖੁਸ਼ੀਆਂ ਮਨਾਈਆਂ ਕਮਿਸ਼ਨ ਨੇ ਜੋ ਰਿਪੋਰਟ ਦਿੱਤੀ ਉਸ ਵਿੱਚ ਕਿਹਾ ਸੀ ਕਿ ਕੁਝ ਤੱਥ ਮੁੱਖ ਮੰਤਰੀ ਦਫ਼ਤਰ ਦੇ ਕੋਟਕਪੂਰਾ ਦੇ ਘਟਨਾਕਰਮ ਦੇ ਵਿੱਚ ਸ਼ਾਮਲ ਹੋਣ ਵਾਲ ਇਸ਼ਾਰਾ ਕਰਦੇ ਸੀ ਪਰ ਹੁਣੇ ਸਾਫ਼ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ ਬਾਦਲ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਕੋਟਕਪੂਰਾ ਵਿੱਚ ਕੀਤੀ ਗਈ ਪੁਲਿਸ ਦੀ ਕਾਰਵਾਈ ਬਾਰੇ ਪੂਰੀ ਜਾਣਕਾਰੀ ਇਸੇ ਇੱਕ ਕਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਤਤਕਾਲੀ ਪੁਲਿਸ ਮੁਖੀ ਸੁਮੇਦ ਸੈਣੀ ਦੀ ਦੱਸੀ ਗੱਲ ਹੈ ਜਿਹੜੀ ਉਹ ਵੀ ਹਵਾਲਾ ਦਿੰਦੀ ਹੈ ਕਿ 13 ਤੇ 14 ਅਕਤੂਬਰ ਦੀ ਦਰਮਿਆਨੀ ਰਾਤ ਨੂੰ 2 ਵਜੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੇ ਫੋਨ ਕੀਤਾ ਸੀ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਫੋਨ ਕੀਤਾ ਸੀ ਅਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਸੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡੀਜੀਪੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਲਗਾਤਾਰ ਸੰਪਰਕ ਵਿੱਚ ਸਨ ਅਤੇ ਉਹਨਾਂ ਨੂੰ ਪੁਲਿਸ ਵੱਲੋਂ ਕੋਟਕਪੂਰਾ ਵਿੱਚ ਕੀਤੀ ਕਾਰਵਾਈ ਤੋਂ ਅਣਜਾਣ ਨਹੀਂ ਮੰਨਿਆ ਜਾ ਸਕਦਾ ਪ੍ਰਕਾਸ਼ ਸਿੰਘ ਬਾਦਲ ਨੂੰ ਕੁਝ ਹੋਵੇਗਾ ਜਾਂ ਨਹੀਂ ਇਸ ਦਾ ਜਵਾਬ ਤਾਂ ਸ਼ਾਇਦ ਤੁਸੀਂ ਸਾਰੇ ਜਾਣਦੇ ਹੋ ਪਰ ਜਿਹੜੇ ਸਿੱਖ ਜਾਂ ਜਿਹੜੇ ਲੋਕ ਅਕਾਲ ਪੁਰਖ ਦੇ ਨਿਆਂ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਮੰਨਦੇ ਨੇ ਕਿ ਦੁਨਿਆਵੀ ਅਦਾਲਤਾਂ ਭਾਵੇਂ ਦੋਸ਼ੀਆਂ ਨੂੰ ਬਚਾਉਂਦੀਆਂ ਰਹਿਣ ਪਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਨਿਆਂ ਜ਼ਰੂਰ ਹੋਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਪ੍ਰਾਈਮ ਟਾਈਮ ਦੇ ਅਖੀਰ ਦੇ ਵਿੱਚ ਇਹ ਵਿਚਾਰਨਾ ਵੀ ਬਹੁਤ ਜ਼ਰੂਰੀ ਹੈ ਕਿ ਲੋਕਾਂ ਦਾ ਇੱਥੇ ਕੀ ਰੋਲ ਬਚਦਾ ਹੈ ਇਹ ਸਾਰਾ ਮਸਲਾ ਵਿਚਾਰਨ ਦਾ ਸਾਡਾ ਅਸਲ ਮਕਸਦ ਇਹ ਹੈ ਕਿ ਅਸੀਂ ਧਰਮ ਦੇ ਨਾਂ ਦੇ ਉੱਤੇ ਵੱਜਦੀਆਂ ਸਿਆਸੀ ਰਮਜ਼ਾਂ ਨੂੰ ਸਮਝ ਸਕੀਏ ਇਨਸਾਨ ਦੇ ਲਈ ਧਰਮ ਇਸ ਕਰਕੇ ਵੱਡਾ ਹੈ ਕਿਉਂਕਿ ਇਨਸਾਨ ਦੇ ਕੋਲ ਆਪਣੀ ਹੋਂਦ ਸਾਬਿਤ ਕਰਨ ਦਾ ਹੋਰ ਕੋਈ ਬਦਲ ਨਹੀਂ ਹੈ ਇਹ ਸਾਨੂੰ ਸਭ ਨੂੰ ਪਤਾ ਹੈ ਸਾਨੂੰ ਧਰਮ ਸਿੱਧਾ ਪ੍ਰਭਾਵਿਤ ਕਰਦਾ ਹੈ ਧਰਮ ਦੀ ਪਹੁੰਚ ਇਨਸਾਨ ਦੇ ਘਰਾਂ ਤੱਕ ਨਹੀਂ ਬਲਕਿ ਮਨਾਂ ਤੱਕ ਹੈ ਇਸ ਚੀਜ਼ ਨੂੰ ਸਰਕਾਰਾਂ ਬੜੇ ਚੰਗੇ ਤਰੀਕੇ ਨਾਲ ਸਮਝਦੀਆਂ ਨੇ ਤੇ ਫਿਰ ਵਰਤਦੀਆਂ ਨੇ ਸਾਡੀ ਸਮੱਸਿਆ ਹੈ ਕਿ ਅਸੀਂ ਬਹੁਤ ਸਾਰੇ ਮੁੱਦਿਆਂ ਨੂੰ ਪੜਦੇ ਤਾਂ ਜ਼ਰੂਰ ਹਾਂ ਪਰ ਵਿਚਾਰਦੇ ਨਹੀਂ ਹਾਂ ਸਾਡੇ ਲਈ ਉਹੀ ਮੁੱਦਾ ਜ਼ਿਆਦਾ ਜ਼ਰੂਰੀ ਹੈ ਜੋ ਸਾਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ ਅਸੀਂ ਅਵੇਸਲੇ ਹੋ ਜਾਂਦੇ ਹਾਂ ਸਰਕਾਰਾਂ ਨਾਲ ਅਸੀਂ ਸਿੱਧਾ ਸਰੋਕਾਰ ਸਮਝਦੇ ਹਾਂ ਪਰ ਧਰਮ ਸਾਡੇ ਉਸ ਤੋਂ ਵੀ ਨੇੜੇ ਹੈ ਇਹ ਅਸੀਂ ਭੁੱਲ ਜਾਂਦੇ ਹਾਂ ਵੋਟਾਂ ਤੋਂ ਪਹਿਲਾਂ ਦੇ ਸਿਆਸੀ ਸਮੀਕਰਨ ਸਮਝਣੇ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਨੇ ਧਰਮ ਦੇ ਨਾਂ ਦੇ ਉੱਤੇ ਵੋਟਾਂ ਨੂੰ ਕਿਵੇਂ ਹੌਲੀ-ਹੌਲੀ ਕੋਈ ਸਿਆਸਤਦਾਨ ਖਿੱਚਦਾ ਹੈ ਇਹ ਢੰਗ ਤਰੀਕਾ ਸਾਨੂੰ ਦੇਖਣਾ ਹੀ ਪਵੇਗਾ ਤੇ ਆਖਰੀ ਗੱਲ 2022 ਕੋਈ ਬਹੁਤਾ ਦੂਰ ਨਹੀਂ ਹੈ ਮਹਿਜ਼ 7-8 ਮਹੀਨਿਆਂ ਦੀ ਹੀ ਖੇਡ ਹੈ ਤੇ ਇਹ ਖੇਡਾਂ ਸ਼ੁਰੂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਧੰਨਵਾਦ